2016 ਦੀ ਨੋਟਬੰਦੀ ਤੋਂ ਬਾਅਦ RBI ਨੇ ਇੱਕ ਵਾਰ ਫਿਰ ਨਵਾਂ ਫੈਸਲਾ ਸੁਣਾ ਦਿੱਤਾ ਹੈ ਕਿ ਹੁਣ 2000 ਰੁਪਏ ਦੇ ਨੋਟ ਬੰਦ ਹੋ ਜਾਣਗੇ 2000 ਰੁਪਏ ਦੇ ਨੋਟ ਭਾਵੇਂ ATM ਵਿੱਚੋਂ ਪਹਿਲਾਂ ਨਹੀਂ ਮਿਲਦੇ ਸੀ ਕਿਉਂਕਿ ਇਸ ਨੋਟ ਦੀ 2020 ਤੋਂ ਛਪਾਈ ਬੰਦ ਹੋ ਚੁੱਕੀ ਸੀ ਹੁਣ ਨਵੀਂ ਖਬਰ ਇਹ ਆਈ ਹੈ ਕਿ 23 ਮਈ ਤੋਂ ਬਖਵਖ ਬੈਂਕਾਂ ਦੇ ਵਿੱਚ ਨੋਟ ਬਦਲੇ ਜਾਣਗੇ ਤੇ ਨੋਟ ਬਦਲੇ ਜਾਣ ਦੀ ਇਹ ਪ੍ਰਕਿਰਿਆ 30 ਸਤੰਬਰ ਤੱਕ ਚੱਲੇਗੀ ਭਾਵ 30 ਸਤੰਬਰ 2023 ਤੱਕ ਜਿਹੜੇ ਲੋਕ 2000 ਦੇ ਨੋਟ ਲੈ ਕੇ ਬੈਂਕ ਵਿੱਚ ਜਾਣਗੇ ਤੇ ਉਹਨਾਂ ਦੇ ਨੋਟ ਬਦਲੇ ਜਾਣਗੇ ਉਸ ਤੋਂ ਬਾਅਦ ਦੇ ਵਿੱਚ ਫੈਸਲਾ ਸਰਕਾਰ ਕਰੇਗੀ ਕਿ ਜਿਨ੍ਹਾਂ ਲੋਕਾਂ ਕੋਲ 2000 ਦੇ ਨੋਟ ਰਹਿ ਜਾਣਗੇ ਉਨ੍ਹਾਂ ਦਾ ਭਾਵ ਉਹਨਾਂ ਨੋਟਾਂ ਦਾ ਕੀ ਬਣੇਗਾ ਇਹ ਵੀ ਤੈਅ ਕਰ ਦਿੱਤਾ ਕਿ 20000 ਤੱਕ ਦੀ ਸੀਮਾ ਇੱਕ ਵਾਰ ਤੁਸੀਂ 20000 ਤੱਕ ਰੁਪਏ ਦੇ ਨੋਟ ਬਦਲ ਸਕਦੇ ਹੋ ਨੋਟਾਂ ਦੀ ਇਹ ਬਦਲੀ ਪ੍ਰਕਿਰਿਆ ਦੇ ਬਾਰੇ ਜਿਵੇਂ ਕਿ ਆਮ ਲੋਕਾਂ ਨੂੰ ਇਹ ਲੱਗਦਾ ਹੈ ਕਿ ਹੁਣ 2000 ਰੁਪਏ ਦਾ ਨੋਟ ਬੰਦ ਕਰਨ ਦੇ ਪਿੱਛੇ ਸਰਕਾਰ ਦੀ ਮਨਸ਼ਾ ਇਹ ਹੈ ਕਿ ਜਮ੍ਹਾਂ ਖੋਰੀ ਇਹਦੇ ਨਾਲ ਬੰਦ ਹੋਏਗੀ ਤੇ ਕਈ ਇਹ ਵੀ ਕਹਿ ਰਹੇ ਨੇ ਕਿ ਇਹਦੇ ਨਾਲ ਰਿਸ਼ਵਤਖੋਰੀ ਬੰਦ ਹੋਏਗੀ। ਪਰੰਤੂ ਪ੍ਰਾਣਾ ਤਜਰਬਾ ਇਹ ਦੱਸਦਾ ਹੈ ਕਿ ਨੋਟ ਬੰਦੀ ਦੇ ਨਾਲ ਨਾ ਜਮਾਖੋਰੀ ਬੰਦ ਹੋਣੀ ਹੈ ਤੇ ਨਾ ਹੀ ਰਿਸ਼ਵਤਖੋਰੀ ਕਿਉਂਕਿ ਰਿਸ਼ਵਤਖੋਰੀ ਦਾ ਜਾਂ ਜਮਾਖੋਰੀ ਦਾ ਸਬੰਧ ਵੱਡੇ ਛੋਟੇ ਨੋਟਾਂ ਨਾਲ ਨਹੀਂ ਹੈ। ਇਹਦਾ ਸਬੰਧ ਲੋਕਾਂ ਦੀ ਮਾਨਸਿਕਤਾ ਦੇ ਨਾਲ ਹੈ। ਲੋਕਾਂ ਦੇ ਮਨਾਂ ਦੇ ਵਿੱਚ ਕਿਉਂਕਿ ਕੈਪੀਟਲ A ਦੇ ਵਿੱਚ ਕੈਪੀਟਲ ਦਾ ਭਾਵ ਕੈਪੀਟਲ ਦਾ ਜਿਹੜਾ ਮੁੱਖ ਰੂਪ ਹੈ سرمਾਇਆ سرمਾਇਏ ਦੇ ਵਿੱਚ ਮੁੱਖ ਨੋਟਾਂ ਦਾ ਮਹੱਤਵ ਸਾਡੇ ਜੀਵਨ ਵਿੱਚ ਦਿਨੋਂ ਦਿਨ ਵੱਧਦਾ ਜਾ ਰਿਹਾ ਹੈ ਇਸ ਕਰਕੇ ਨੋਟਾਂ ਨੂੰ ਰੱਖਣਾ ਜਾਂ ਨੋਟਾਂ ਨਾਲ ਇੱਕ ਖਾਸ ਕਿਸਮ ਦਾ ਲਗਾਓ ਜ਼ਿੰਦਗੀ ਨਾਲੋਂ ਜ਼ਿਆਦਾ ਬਣਦਾ ਜਾ ਰਿਹਾ ਹੈ ਸੋ ਜਿਹੜਾ ਅਸੀਂ ਇਹ ਸੋਚਦੇ ਹਾਂ ਕਿ ਨੋਟਬੰਦੀ ਦੇ ਪਿੱਛੇ ਸ਼ਾਇਦ ਸਰਕਾਰ ਦਾ ਕੋਈ ਅਜਿਹਾ ਫੈਸਲਾ ਹੈ ਕਿ ਇਹਦੇ ਨਾਲ ਜਮ੍ਹਾਂ ਪੂਰੀ ਬੰਦ ਹੋਏਗੀ ਦਰਸਲ ਸਰਕਾਰ ਜਾਂ ਅੰਤਰਰਾਸ਼ਟਰੀ ਪੱਧਰ ਤੇ ਹੋਣ ਨੋਟਾਂ ਦੇ ਆਦਾਨ-ਪ੍ਰਦਾਨ ਦੇ ਲਈ ਨੈੱਟ ਬੈਂਕਿੰਗ ਨੂੰ ਉਤਸ਼ਾਹਿਤ ਕੀਤਾ ਜਾ ਰਿਹਾ ਹੈ ਨੈੱਟ ਬੈਂਕਿੰਗ ਨੂੰ ਮੁੱਖ ਰੱਖ ਕੇ ਨੋਟ ਵੱਡੇ ਨੋਟ ਬੰਦ ਕੀਤੇ ਜਾ ਰਹੇ ਨੇ ਤੇ ਉਹਨਾਂ ਨੇ ਸਮੇਂ ਦੇ ਵਿੱਚ ਇਹ ਹੋਏਗਾ ਕਿ ਤੁਹਾਡੇ ਕੋਲ ਕਿੰਨਾ ਸਰਮਾਇਆ ਹੈ ਭਾਵ ਕਿੰਨੀ ਪੂੰਜੀ ਹੈ ਇਹਦੀ ਜਾਣਕਾਰੀ ਸਰਕਾਰ ਕੋਲੇ ਹੋਏਗੀ ਤੇ ਤੁਹਾਨੂੰ ਉਹਦਾ ਟੈਕਸ ਅਦਾ ਕਰਨਾ ਪਏਗਾ ਕਿਉਂਕਿ ਵੱਡੇ ਨੋਟਾਂ ਨੂੰ ਲੋਕ ਲੋਕਰ ਵਿੱਚ ਰੱਖ ਸਕਦੇ ਨੇ ਜਾਂ ਆਪਣੇ ਘਰਾਂ ਦੇ ਵਿੱਚ ਕਿਸੇ ਖਾਸ ਜਗ੍ਹਾ ਤੇ ਰੱਖ ਸਕਦੇ ਨੇ ਪਰੰਤੂ ਛੋਟੇ ਨੋਟਾਂ ਨੂੰ ਰੱਖਣਾ ਔਖਾ ਹੋ ਜਾਏਗਾ ਸੋ ਇਸ ਕਰਕੇ ਵੀ ਸ਼ਾਇਦ ਥੋੜਾ ਬੋਤਾਂ ਫਰਕ ਪਵੇ ਪਰੰਤੂ ਇਹਦੇ ਨਾਲ ਜ਼ਿਆਦਾ ਫਰਕ ਨਹੀਂ ਪੈਣਾ ਕਿਉਂਕਿ ਨੋਟਬੰਦੀ ਦਾ ਤਜਰਬਾ ਵੀ ਦੱਸਦਾ ਹੈ ਕਿ ਨੋਟਬੰਦੀ ਤੋਂ ਬਾਅਦ ਕਰਾਪਸ਼ਨ ਜਾਂ ਜਮ੍ਹਾਂ ਖੋਰੀ ਘਟੇਨੀ ਹੈ ਇਹ ਵੀ ਇੱਕ ਅਰਥਸ਼ਾਸਤਰੀ ਕਹਿ ਰਹੇ ਨੇ ਕਿ ਸਾਡੇ ਦੇਸ਼ ਦੇ ਵਿੱਚ ਜੋ ਪੈਸਾ ਉਹ ਆਦਾਨ ਪ੍ਰਦਾਨ ਦੇ ਵਿੱਚ ਜਾਂ ਪੈਸੇ ਦਾ ਵਹਾ ਨਹੀਂ ਹੋ ਰਿਹਾ ਵਹਾ ਕਿਵੇਂ ਹੋਏਗਾ ਇਹਦੇ ਲਈ ਤਾਂ ਸਰਕਾਰ ਆਪਣੇ ਬਜਟ ਦੇ ਵਿੱਚ ਜਾਂ ਆਪਣੇ ਨੀਤੀਆਂ ਦੇ ਵਿੱਚ ਕੋਈ ਤਬਦੀਲੀ ਕਰੇ ਤਾਂ ਸ਼ਾਇਦ ਕੋਈ ਫਰਕ ਪੈ ਸਕਦਾ ਹੈ ਪਰੰਤੂ ਕੀ 2000 ਰੁਪਏ ਦੇ ਨੋਟ ਬੰਦ ਕਰਨ ਦੇ ਨਾਲ ਲੋਕਾਂ ਨੂੰ ਫਾਇਦਾ ਹੋਏਗਾ ਇਹ ਤਾਂ ਭਵਿੱਖ ਹੀ ਦੱਸੇਗਾ ਫਿਲਹਾਲ ਇੰਨਾ ਹੀ ਬਾਕੀ ਗੱਲ ਆਪਾਂ ਕਦੇ ਫੇਰ ਕਰਾਂਗੇ ਧੰਨਵਾਦ